ਅਸਲਾਮ ਅਲੈਕੁਮ ਰਹਿਮਤੁਲਾਹ ਬਰਕਾਤੂ ਕੀ ਹਾਲ ਹੈ ਦੋਸਤੋ ਠੀਕ ਹੀ ਵੇ ਤਬੀਅਤ ਸਿਆ ਠੀਕ ਹੈ ਵਸਦੇ ਰਹੋ ਖੈਰ ਹੋਏ ਗੁਜ਼ਾਰਿਸ਼ ਇਹ ਹੈ ਅੱਜ ਮੇਰੀ ਖਾਸ ਤੌਰ ਤੇ ਜਿਹੜੀ ਗੱਲ ਹੈ ਨਾ ਖਾਸ ਤੌਰ ਤੇ ਸਪੈਸ਼ਲੀ ਉਹ ਸਾਡੇ ਆਪਣੇ ਗਰੁੱਪ ਵਾਲੇ ਦੋਸਤ ਨਾਲ ਹੈ ਮੀਆਂ ਸਾਹਿਬ ਦੇ ਦੋਸਤ ਨਾਲ ਹੈ ਹੇ ਗੁਜ਼ਾਰਿਸ਼ ਵਦ ਬਾਕੀ ਤਾਂ ਸਾਰੇ ਲੀਡਰ ਹੀ ਵੱਡੇ ਥੈ ਉਹਨਾਂ ਦੇ ਗਰੁੱਪ ਵੀ ਵੱਡਨ ਦੋਸਤੀ ਵੱਡਨ ਸਲਾਮਤ ਰਹਿਣ ਅੱਲਾਹ ਖੁਸ਼ ਰੱਖਣੇ ਗੁਜ਼ਾਰਿਸ਼ ਇਹ ਹੈ ਜਿੰਦ ਨਾਲ ਕਮ ਹੋਵੇ ਜਿੰਦ ਨਾਲ ਵਾਸਤਾ ਹੋਵੇ ਜਿੰਦ ਨਾਲ ਫਾਇਦਾ ਥਿੰਦਾ ਹੋਵੇ ਜਿੰਦੀ ਜ਼ਰੂਰਤ ਹੋਵੇ ਕਦੇ ਹੀ ਉਹ ਸ਼ਖਸ ਨਾਲ ਉਹ ਐਟੀਟਿਊਡ ਨਹੀਂ اختیار ਕਰੀਂਦਾ ਉਹ ਰਵਈਆ اختیار ਨਹੀਂ ਕਰੀਂਦਾ ਕਿ ਉਹ ਕੰਮ ਬਲਾ ਆਪਸੀ ਬਲੇ ਚ ਨਾ ਰਹੇ ਠੀਕ ਹੈ ਨਾ ਇਤਨਾ ਤਾਲੁਕ ਇਤਨਾ ਵਾਸਤਾ ਇਤਨਾ ਗੁਜਾਇਸ਼ ਰੱਖਣੀ ਚਾਹੀਦੀਏ ਕਿ ਵਾਪਸੀ ਦੇ ਇਮਕਾਨ ਮੌਜੂਦ ਹੋਣ ਪਲੀ ਗੱਲ ਤਾਂ ਇਹ ਦੇਖੋ ਇਲੈਕਸ਼ਨ થાય ਸਭ ਦਾ सारे मुताबिक सारा ग्रुप सोलह सौ तो जीते एनी वीडी लीड नहीं एक पोलिंग डू पोलिंग की गाल है एक महल बस्ती की गाल है साढ़े चौंतरी हज़ार पैंतरी हज़ार वोट है क्या वह मेरा हा या मिया साहब या द नहीं वो बड़ी कोशिश नाल नठित है कोशिश क्या धड़का है दबा हा कोई प्रेशर ही नहीं हर दोस्त अपनी मर्जी ना लिते और जड़े दो भी लिते कहीं ना कहीं वजह तो मुतासिर थी के लिते कहीं तो इंप्रेस थी के लिते सी अज मंदे गाहल दड़के दबा द कोई रिवाज है नहीं हम नवा इलेक्शन थी सी इन्हें नवे रूट हो स ਇਹ ਲੋਕ ਇਹਦੇ ਨਵੇਂ ਮਾਈਂਡ ਹੋਸਨ ਨਵਾਂ ਇੱਕ ਸੈਟਅਪ ਹੋਸੀ ਨਵੇਂ ਉਮੀਦਵਾਰ ਹੋਸਨ ਨਵੇਂ ਗਰੁੱਪੇ ਗੋਸਨ ਬੜੇ ਅਜੀਬ ਅਜੀਬ ਹਾਲਾਤ ਬਣਸਨ ਬਾਜ਼ ਵਾ ਸਮਝ ਤੋਂ ਬਹਿਰ ਹੋਸਨ ਤਾਂ ਉਹਦੇ ਕੀ ਚਾਹੀਦਾ ਦੋਸਤਾਂ ਨੂੰ ਉਹਦੇ ਦੋਸਤਾਂ ਨੂੰ ਚਾਹੀਦਾ ਪਹਿਲਾ ਪਹਿਲਾ ਅਗਰ ਕਹੀਂ ਕੋਈ ਇੰਪ੍ਰੈਸ ਕਰਨੇ ਤੇ ਆਪਣੇ ਹੁਸਨ ਨਾਲ ਸਲੂਕ ਨਾਲ ਕਰਨੇ ਆਪਣੀ ਕਸ ਕਸਰ ਨਾਲ ਕਰਨੇ ਮੁਤਾਸਿਰ ਕਰਨੇ ਅਗਰ ਅਸਾਂ ਦੋਸਤ ਆਪਣੇ ਗਰੁੱਪ ਨੂੰ ਪ੍ਰਮੋਟ ਕਰਨੇ त साको ॿ ग्रुप ते लोग चई दे اور और जहिड़े लोग साकू चई दे होस अगरि असां उनजे नाल गाली गलोच गलीज़ घटिया हरकत करेसूं क्या उहो कॾहिं साॼो आसन असां आप कोल ॾिठी बीठे आहियूं जॾहिं साॼे नालो मिस बिहेव थींदे न उहो इकबाल खां कराईंदे न उहो मलिक राशिद कराईंदे न कोई ॿिया लीडर करंदे लीडर करे ई न हूंदा ਅਸਾ ਤੁਸਾਂ ਦੇ ਦੋਸਤ ਹੁੰਦੇ ਜਿਹੜੇ ਮੈਸ ਬਿਹੇਵ ਦੀ ਜ਼ਾਦ ਦੇ ਆਂਦੇ ਹੀ ਹਨ ਤੇ ਕਰੇ ਦੇ ਹੀ ਹਨ ਦਸੋ ਦਿਲ ਆਦੇਵਲ ਮਤੇ ਲਾਵਨ ਤੇ ਲੋਗੇ ਨਾਲ ਇਵੇਂ ਥਿੰਦੇ ਦੇਖੋ ਜਲੇ ਮੈਂ ਗੁਜ਼ਾਰਿਸ਼ ਕਰੇ ਸਾ ਹੱਥ ਬਾਤ ਕੇ ਗੁਜ਼ਾਰਿਸ਼ ਕਰੇ ਸਾ ਕਿ ਸਾ ਕੋ ਹਰ ਦੋਸਤ ਦੀ ਯਾਰ ਜ਼ਰੂਰਤ ਹੈ ਅਸਾ ਕਹੀਂ ਤੇ ਗੁਜ਼ਾਰੀ ਤਾਂ ਕਰ ਸਕਤੇ ਆਂ ਅਸਾ ਪਟਕਾ ਤਾਂ ਪਹਿਰੇ ਸਾਠ ਸਕਦੇ ਆਂ ਹੱਥ ਬਾਤ ਸਕਦੇ ਆਂ ਮਿੰਨਤ ਕਰ ਸਕਦੇ ਆਂ ਅਸਾ ਔਖਾ ਨਹੀਂ ਲਾ ਸਕਦੇ ਨਾ ਕਹੀਂ ਕੋ ਚੈਲੰਜ ਕਰ ਸਕਦੇ ਆਂ ਹਰ ਬੰਦੇ ਦਾ ਵੋਟ ਹੈ ਹਰ ਬੰਦੇ ਦਾ ਵੋਟ ਜਿਹੜਾ ਸ਼ੋਬੇ ਨਾਲ ਤਾਲੁਕ ਰੱਖਦੇ ਉਹਦਾ ਅਗਰ ਸ਼ਨਾਖਤੀ ਕਾਰਡ ਹੈ 18 ਸਾਲ ਕਰਾ ਸੇ ਤਾਂ ਉਹਦਾ ਵੋਟ ਹੈ ਉਹ ਸਾਰੇ ਘਾਟੇ ਕਰ ਸਕਦੇ ਸਿਆਸੀ ਉਹ ਸਾਰੇ ਸਿਆਸੀ ਫਾਇਦਾ ਹੀ ਕਰ ਸਕਦੇ ਵਲ ਦੇਖੋ ਇਕਬਾਲ ਖਾਨ ਦੇ ਦੋਸਤ ਆਸਮ ਤਾਂ ਸਾਕੋ ਫਾਇਦਾ ਥੀ ਸੀ ਔਰ ਸਿਆਸਤ ਹੀ ਥੀ ਸੱਚੀ ਗੱਲ ਸਿਆਸਤ 'ਚ ਕੋਈ ਚੀਜ਼ ਹੀ ਹਰ ਵੇਖ ਨਹੀਂ ਤੁਸਾਂ ਕਈ ਜ਼ਿੰਦਗੀ ਦੇ ਇਲੈਕਸ਼ਨ ਡਿਟਿਬੇਟ ਹੋ ਸੋ ਅਸਾਂ ਡਿਟਿਬੇਟੇ ਆਂ ਉਤਾਰ ਚੜ੍ਹਾਓ ਹਰ ਬੰਦਾ ਡਿਟਿ ਬਿਠੇ ਕੋਈ ਚੀਜ਼ ਇੰਪਾਸਸੀਬਲ ਸਿਆਸਤ 'ਚ ਕਾ ਨਹੀਂ ਹੁੰਦੀ ਸਭ ਤੋਂ ਇਕਬਾਲ ਖਾਨ ਦੇ ਦੋਸਤ ਹੁੰਦੀ ਜ਼ਰੂਰ ਜਿੰਨੇ ਦੀ ਜ਼ਰੂਰਤ ਯਾਰ ਸਾਰੀ ਦੀਵਾਰਾਂ ਤਾਂ ਉਹਨਾਂ ਨਾਲ ਮੱਥਾ ਦੇ ਬਾਨੇ ਸਾਰੀ ਦੀਵਾਰ ਖਿੱਚ-ਖਿੱਚ ਕਰਨੇ ਉਹਨਾਂ ਦਾ ਹੱਥ ੜਦਾ ਬਿਠਾ ਹੁੰਦਾ ਸਾਡੇ ਕਿਤੇ ਪਿਆਰ ਵੰਡੋ ਮੁਹੱਬਤ ਵੰਡੋ ਮੱਲੇਗ ਰਾਸ਼ਦ ਮੱਲੇਗ ਰਾਸ਼ਦ ਦੇ ਦੋਸਤਾਂ ਦੀ ਸਾ ਕੋ ਜ਼ਰੂਰਤ ਹੈ ਮੈਂ ইমরান ਕੁਰੈਸ਼ੀ ਦਾ ਦੋਸਤਾਂ ਦੀ ਸਾ ਕੋ ਜ਼ਰੂਰਤ ਹੈ ਹਰ ਦੋਸਤ ਅਗਰ ਕਹੇ ਦੋਸਤ ਕੋ ਨਜ਼ਰਦਾ ਪਿਆ ਹੋ ਔਰ ਜਿਹੜਾ ਇਜ਼ਤਦਾਰ ਆਦਮੀ ਹੈ ਨਾ ਉਹ ਹਰ ਸ਼ਾਇ ਕੋ ਬਾਲਾ ਤਾਕ ਰੱਖ ਕੇ ਪਹਿਲੇ ਚਾਹਦੇ ਯਾਰ ਮੈਂ ਅਗਰ ਇੱਕ ਗਰੁੱਪ ਜੁਆਇਨ ਕਰਾਂ ਅਗਰ ਮੈਂ ਗਰੁੱਪ ਦਾ ਹਿੱਸਾ ਹੋਵਾਂ ਕਿਆ ਮੇਰੀ ਰਿਸਪੈਕਟ ਹੋਸੀ ਅੱਛਾ ਗਰੁੱਪ ਕਿਆ ਹੁੰਦੇ ਗਰੁੱਪ ਬਹੁਤ ਸਾਰੇ ਲੋਕਾਂ ਦਾ ਇੱਕ ਗੁਲਦਸਤਾ ਹੁੰਦੇ ਇੱਕ ਬੰਦੇ ਕੋ ਤੁਸਾ ਗਰੁੱਪ ਨਹੀਂ ਆ ਸਕਦੇ ਉਹ ਗਰੁੱਪ ਕੌਣ ਹੋਂਦੇ ਉਹ ਨਜ਼ਰ ਤੱਕ ਖੜਾ ਹੋਂਦੇ ਮੈਂ ਹਲਮਦਾਰ ਦਾ ਗਰੁੱਪ ਮੀਆਂ ਫਲਾਇ ਇਹ ਫਲਾ ਫਲਾ ਬੰਦੇ ਹਨ ਯਾਰ ਕੀ ਉਹ ਵਲਾ ਉਹਦਾ ਉੱਠਣ ਬਾਣ ਐਟੀਟਿਊਡ ਆਪਣਾ ਫਿਊਚਰ ਨਹੀਂ ਦੇਦਾ ਇਨਸਾਨ ਸਭ ਤੋਂ ਪਹਿਲੇ ਇਨਸਾਨ ਆਪਣੀ ਇੱਜ਼ਤ ਰਿਸਪੈਕਟ ਦੇ ਦੇ ਯਾਰ ਮੈਂ ਅਗਰ ਗਰੁੱਪ ਜੁਆਇਨ ਕਰਾਂ ਤਾਂ ਇਹਦਾ ਕੀ ਰਿਜ਼ਲਟ ਆ ਸੀ ਮੇਰੀ ਇੱਜ਼ਤ ਸੀ ਨਾ ਸੀ ਸੀ ਇਹ ਲੋਗਿਆਂ ਦਾ ਪਿਆਰ ਮੁਹੱਬਤ हो सी ना हो सी मैं एक रिस्क घिना मैं एक जंग चाव मैं इलाके नाल ग्रुप नाल नाल नाव अगर मैं जो ज्वाइन करा मेरे न साह सलू था क्या थी सी सही नहीं मैं अपने ग्रुप को आख सकता हम मैं ग्रुप का निकड़ा जहाँ वर्क करा मैं हाथ बद् बैठा जितना मेरे को मिना थी सकती अल्लाह वास्ते कहीं नाल मत्था न ना लो ਦੇਖੋ ਕਿਤਨਾ ਦੇਰ ਯਾਰ ਤੋਂ ਫੁਟਾ ਚ ਕਰੇ ਸਨਾ ਅਗਰ ਇੱਕ ਯੱਕ ਤਰਫਾ ਕੋਸ਼ਿਸ਼ ਥਾਕ ਵੈਂਦੀ ਉਹ ਜਿਵੇਂ ਸਾਸ ਤੇ ਨੂੰ ਲੜ ਜਾ ਹਾਂ ਤੇ ਸਾਸ ਸਹੀ ਪੀਰ ਕੋ ਲੋਵਾ ਕੇ ਮੇਰੇ ਨਾਲ ਬਹੁ ਲੜਦੀ ਏ ਮੈਂ ਜ਼ਹਿਨੀ ਤੌਰ ਤੇ ਅਪਸੈਟ ਆ ਮੇਰੀ ਜਿਹੜੇ ਕੋਲ ਜਿੰਦ ਛੜਵਾ ਉਹ ਆ ਕਿ ਅਮਾ ਤੇ ਕੋ ਤਵੀਜ਼ ਦੇਣਾ ਪਿਆ ਜੇ ਤੇਰੀ ਨੂੰ ਤੇ ਕੋ ਮੰਦੇ ਗਾਲ ਹੀ ਕੱਢੇ ਨਾ ਇੱਕ ਦੰਦ ਤਲ ਦੇ ਕੇ ਤੇ ਤੂੰ ਕੋ ਚਿੱਥੀ ਜ਼ੋਰ ਲਾਵੀਂ ਤੇ ਅਲਵਾਵਣਾ ਨਹੀਂ ਤਰਾ ਚਾਰ ਦਿਵਾਰਾਂ ਵਿੱਚ ਕ੍ਰੈਸ ਹੈ ਉਖੇਰ ਬਜ਼ੁਰਖਾਤੂ ਨੇ ਹੀ ਪੀਰਾਂ ਦੇ ਵੈਸੇ ਹੀ ਇਤਮਾਦ ਜ਼ਿਆਦਾ ਹੁੰਦੇ। ਉਹ ਉਹ ਪੀਰ ਦੀ ਡਾਇਰੈਕਸ਼ਨ ਦੇ ਮੁਤਾਬਕ ਉਹ ਇਹ ਕੀਤਾ। ਚਾਰ ਦਿਹਾੜਾਂ ਤਕਰੀਬਨ ਉਹ ਅਗੋਂ ਮੰਦੇ ਕੱਢੇ ਉਤੇ ਉਹ ਮਤਲਬ ਤਵੀਜ਼ ਨੂੰ ਘੁਮਾਵੇ ਫਿਰਾਵੇ। ਅੱਲਾ ਨਾ ਸਕੇ ਜਾਂ ਕੋਈ ਵਲਦੀ ਨਹੀਂ ਸੀ ਦਿੱਤੀ। ਚਾਰ ਦਿਹਾੜਾਂ ਬਾਅਦ ਅਖੀਰ ਹੁੰਦੀ ਬਹੁਤ ਥੱਕ ਗਈ ਏ। ਹੱਦੋਂ ਮਤਲਬ ਇੰਪ੍ਰੈਸ થઈ ਏ ਯਾਰ ਮੈਂ ਹੁੰਦੇ ਨਾਲ ਇਤਨਾ ਕੁੱਝ ਕੀਤੇ ਇਤਨਾ ਕੁੱਝ ਕੀਤੇ। ਮੈਂ ਕੋਈ ਜਿਹੜਾ ਨਾ ਉਹਨਾਂ ਵਾਪਸੀ ਮੰਦਾ ਕਢੇ ਨਾ ਮੈਂ ਨਾਲ ਕੋਈ ਜ਼ਿਆਦਤੀ ਕੀਤੀ ਸੀ ਠੀਕ ਹੈ ਨਾ ਅਗਰ ਕੋਈ ਕਰੇਦਾ ਹੀ ਹੈ ਅੱਲਾਹ ਵਾਸਤੇ ਅੱਲਾਹ ਦੀ ਰਜ਼ਾ ਵਾਸਤੇ ਤੁਸੀਂ ਮੱਥਾ ਨਾ ਦਿਓ ਮੈਂ ਇਹ ਤਵਕਕ ਰੱਖਦਾ ਤੁਹਾਡੇ ਕੋਲੋ ਕਿ ਦੇਖੋ ਸਿਆਸੀ ਗੱਲ ਤਾਂ ਹੁੰਦੀ ਏ ਜਿਹੜੀ ਦਾਇਰੇ ਦੇ ਅੰਦਰ ਹੁੰਦੀ ਏ ਜਿਹੜੀ ਕਾਬਿਲੇ برداشت ਹੁੰਦੀ ਏ ਉੱਥੀ ਸਕਦੀ ਏ ਕਰਨੀ ਚਾਹੀਦੀ ਆ ਆਪਣੇ ਲੀਡਰ ਨੂੰ ਪ੍ਰੋਮੋਟ ਕਰੋ ਜਿਵੇਂ ਪਹਿਲੇ ਵੋਟ ਮੰਗੇ ਵੋਟ ਦਿੱਤੇ ਵੇ ਗਿੱਧੇ ਵੇ ਇਲੈਕਸ਼ਨ ਭੁਗਤਾਏ ਵੇ वो कोई इंपरूव करने हूँ उथा ही नहीं खड़ा आना असा रुझना नहीं मुख्तलिफ मामलात उलझा इंपरूव करने लीडर को इंपरूव करने खुद को इंपरूव करने आपको एक पॉजिटिव मैसेज बने हल्के इलाके अल्लाह तो को खुश रखे कोई गाल बुरी ना गवार गुजरी हो माजरत बाकी मेरा मैसेज यही हो मैं हूँ देखा सोशल मीडिया पर ਅੱਲਾ ਦੀ ਰਹਿਮਤ ਥੀ ਪੋਵੇ ਕਿ ਤੁਸੀਂ ਕਈ ਨਾ ਰਿਪਲਾਈ ਨਹੀਂ ਖਾਮ ਖਾਲੀ ਬੱਕੀ ਨਹੀਂ ਸਿਸਟਮ ਨਹੀਂ ਬਸ ਆਪਣੇ ਕੰਮ ਤੇ ਤਵਜੂਦੋ ਆਪਣੇ ਵਰਕ ਤੇ ਤਵਜੂਦੋ ਅੱਲਾ ਆਸਾਨੀ ਕਰੇ ਸੀ ਮਿਹਰਬਾਨੀ ਸ਼ੁਕਰੀਆ